ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 2019 ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਅਸੀਂ ਮਨਾਉਣ ਜਾ ਰਹੇ ਹਾਂ, ਅਤੇ ਇਸ ਸੰਦਰਭ ਵਿੱਚ ਈਕੋ ਸਿੱਖ ਵੱਲੋਂ 10 ਲੱਖ ਬੂਟਾ, ਜੋ ਕਿ ਸਾਰੀ ਦੁਨੀਆ ਵਿੱਚ ਲਵਾਉਣ ਦਾ ਇੱਕ ਟੀਚਾ ਮਿੱਥਿਆ ਗਿਆ, 10 ਲੱਖ ਬੂਟੇ ਲਵਾ ਕੇ ਅਤੇ ਉਹਨਾਂ ਦੀ ਕੇਅਰ ਵੀ ਕਰਨੀ ਹੈ ਅਤੇ ਉਹਨਾਂ ਨੂੰ ਮੇਨਟੇਨ ਵੀ ਕਰਨਾ। ਇਸ ਮੁਹਿੰਮ ਤਹਿਤ 550 ਰੁੱਖ ਗੁਰੂ ਦੇ ਨਾਮ ਜਿਹੜੀ ਮੁਹਿੰਮ ਚੱਲ ਰਹੀ ਹੈ, ਉਹਦੇ ਤਹਿਤ ਅੱਜ ਕਿਰਨ ਵਿਹਾਰ ਲੁਧਿਆਣਾ ਵਿੱਚ ਅੱਜ ਬੂਟੇ ਲਗਾਏ ਗਏ, ਜਿਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਲੁਧਿਆਣਾ ਇੰਟੀਰੀਅਰ ਕਲੱਬ ਦੇ ਮੈਂਬਰਾਂ ਨੇ ਅਤੇ ਆਪਣੇ ਕਿਰਨ ਵਿਹਾਰ ਦੇ ਲੋਕਲਸ ਨੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਾਰਿਆਂ ਨੂੰ ਵੀ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ, ਤੁਹਾਨੂੰ ਸਾਰਿਆਂ ਨੂੰ ਅਪੀਲ ਹੈ, ਸਾਰੇ ਮੁਹੱਲਿਆਂ ਦੀਆਂ ਸੁਸਾਇਟੀਆਂ ਨੂੰ, ਗਰੁੱਪਸ ਨੂੰ, ਜੋ ਵੀ ਤੁਸੀਂ ਕਲੱਬਸ ਬਣਾਏ ਹੋਏ ਆ, ਜਾਂ ਪਿੰਡਾਂ ਦੇ ਹਰ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਵਿੱਚ ਅਸੀਂ ਇਹ ਬੂਟੇ ਲਗਾਈਏ ਅਤੇ ਆਪਣੇ ਵਾਤਾਵਰਨ ਨੂੰ ਬਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।